ਸਰ ਬੇਟੀ ਦੀ ਨਾ ਰਿਫਿਊਜ਼ਲ ਆਈ ਹੈ ਕੈਨੇਡਾ ਤੋਂ। ਓਵਰਆਲ 6 ਬੈਂਡ ਸੀਗੇ, ਇੱਕ ਮੋਡਿਊਲ 'ਚ 5.5 ਸੀਗੇ। ਤੁਹਾਡੇ ਅਕੋਰਡਿੰਗਲੀ ਸਾਨੂੰ ਦੁਬਾਰਾ ਫਾਈਲ ਲਗਾਉਣੀ ਚਾਹੀਦੀ ਹੈ? ਅਤੇ ਜੇ ਵੀਜ਼ਾ ਨਹੀਂ ਆਉਂਦਾ ਹੈ ਤਾਂ ਸਾਡਾ ਕਿੰਨੇ ਕੁ ਦਾ ਨੁਕਸਾਨ ਹੋਏਗਾ, ਕਿੰਨੇ ਕੁ ਦਾ ਰਿਸਕ ਸਾਡਾ ਕਿੰਨਾ ਕੁ ਹੈ? ਰਿਸਕ ਦੀ ਅਗਰ ਗੱਲ ਕਰਦੇ ਹਾਂ ਜੀ, ਕੋਈ ਰਿਸਕ ਨਹੀਂ ਹੈਗਾ ਇਹਦੇ ਵਿੱਚ। ਬਹੁਤ ਸਾਰੇ ਐਪਲੀਕੈਂਟ ਇੱਦਾਂ ਦੇ ਕਿ ਕਈ ਵਾਰੀ ਕੈਨੇਡਾ ਤੋਂ ਰਿਜੈਕਟ ਹੋਏ ਆ, ਈਵਨ 10 ਤੋਂ 12 ਵਾਰ ਵੀ ਕੈਨੇਡਾ ਤੋਂ ਫਾਈਲ ਰਿਫਿਊਜ਼ ਹੋਈ ਹੈ, ਸਟਿਲ ਹੋਮ ਗਲੋਬਲ ਨੇ ਉਹਨਾਂ ਦੇ ਵੀਜ਼ਾਸ ਗ੍ਰਾਂਟ ਕਰਵਾਏ ਆ। ਰਿਕੁਆਇਰਮੈਂਟ ਦੀ ਗੱਲ ਕਰਦੇ ਹਾਂ ਜੀ, 6.5 ਬੈਂਡ ਤੁਹਾਡੇ ਹੈਗੇ ਆ, ਜੋ ਐਕਚੁਅਲ ਰਿਕੁਆਇਰਮੈਂਟ ਹੈ 6 ਬੈਂਡ ਓਵਰਆਲ ਦੀ ਹੈ। ਈਚ ਦੀ ਕਿਤੇ ਵੀ ਗੱਲ ਨਹੀਂ ਹੋਈ ਐਮਬੈਸੀ ਦੇ ਵੱਲੋਂ, ਚਾਹੇ ਉਹ 2 'ਚ 5.5 ਹੈ, ਚਾਹੇ 1 'ਚ 5 ਹੈ, ਚਾਹੇ 1 'ਚ 4.5 ਹੈ, ਚਾਹੇ 1 'ਚ 4 ਹੈ, ਬਿਲਕੁਲ ਅਪਲਾਈ ਕਰ ਸਕਦੇ ਆ। ਸੋ GIC ਜ਼ਰੂਰ ਵਧਿਆ, ਬਹੁਤ ਸਾਰੇ ਐਪਲੀਕੈਂਟ ਹੈ ਕਿ GIC ਡਬਲ ਹੋਣ ਕਰਕੇ ਉਹਨਾਂ ਦੀ ਜੇਬ 'ਤੇ ਵੀ ਭਾਰ ਪਿਆ। ਸੋ ਸਟਿਲ 14,47,000 'ਚ ਤੁਸੀਂ ਵੀਜ਼ਾ ਹਾਸਲ ਕਰ ਸਕਦੇ, ਇੰਕਲੂਡਿੰਗ ਫੀਸ ਔਰ GIC। ਅਗਰ ਨੁਕਸਾਨ ਦੀ ਗੱਲ ਕਰਦੇ ਹਾਂ, ਕੋਈ ਨੁਕਸਾਨ ਨਹੀਂ ਹੈ। ਓਮ ਗਲੋਬਲ ਤੁਹਾਡੀ ਐਪਲੀਕੇਸ਼ਨਸ ਕਰੇਗਾ, ਨਾ ਕੋਈ ਐਪਲੀਕੇਸ਼ਨ ਫੀਸ ਦੇਣੀ ਹੈ, ਨਾ ਪ੍ਰੋਸੈਸਿੰਗ ਫੀਸ ਦੇਣੀ ਹੈ, ਨਾ ਕਾਲਜ ਫੀਸ ਦੇਣੀ ਹੈ, ਨਾ GIC ਅਤੇ ਨਾ ਹੀ ਐਮਬੈਸੀ ਫੀਸ। ਪੈਸੇ ਉਸ ਦਿਨ ਲਵਾਂਗੇ ਜਿੱਦਣ ਵੀਜ਼ਾ ਗ੍ਰਾਂਟ ਹੋ ਜਾਏਗਾ। ਸੋ ਨੁਕਸਾਨ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ।